ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ ਵੈਦਰ TV ਵਿੱਚ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਤਾਜ਼ਾ ਵੱਡੀ ਖਬਰ ਪੰਜਾਬ ਵਿੱਚ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਤਾਂ ਤੇ ਕਈ ਜ਼ਖਮੀ ਛਾਇਆ ਸੋਗ ਤਾਂ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਪ੍ਰਾਪਤ ਹੋ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਸੂਬੇ ਦੇ ਮੌਸਮ ਨੇ ਆਪਣੀ ਕਰਵਟ ਬਦਲਣੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਚੱਲਦੇ ਹੋਏ ਠੰਡ ਨੇ ਆਪਣਾ ਜ਼ੋਰ ਫੜ ਲਿਆ ਤੇ ਠੰਡ ਦਾ ਅਸਰ ਪੂਰੇ ਪੰਜਾਬ ਵਿੱਚ ਦੇਖਣ ਨੂੰ ਮੈਲ ਅਤੇ ਜਿਸ ਕਾਰਨ ਪੰਜਾਬ ਵਿੱਚ ਹੁਣ ਦੋ ਤਿੰਨ ਦਿਨਾਂ ਤੋਂ ਲਗਾਤਾਰ ਕੋਰਾ ਅਤੇ ਧੁੰਦ ਵਧਣ ਦੀ ਜਿਹੜੀ ਕਿ ਅਸ਼ੰਕਾ ਜਿਤਾਈ ਜਾ ਰਹੀ ਹੈ ਜੋ ਕਿ ਦੋ ਤਿੰਨ ਦਿਨ ਕਾਫੀ ਪੰਜਾਬ ਦੇ ਹਿੱਸਿਆਂ ਵਿੱਚ ਲਗਾਤਾਰ ਪ੍ਰਭਾਵਤ ਹੋ ਰਹੀ ਹੈ ਜਿਸ ਕਾਰਨ ਆਵਾਜਾਈ ਵਿੱਚ ਬਾਧਾ ਆ ਰਹੀਆਂ ਤੇ ਸਾਵਧਾਨੀ ਵਰਤਣ ਦੀ ਗੱਲ ਆਖੀ ਗਈ ਹੈ ਫਿਰ ਵੀ ਪੰਜਾਬ ਵਿੱਚ ਧੁੰਦ ਦੇ ਕਾਰਨ ਵੱਡੇ ਹਾਰਸੇ ਵਾਪਰ ਹੀ ਜਾਂਦੇ ਹਨ ਤੇ ਧੁੰਦ ਦਾ ਕਹਿਰ ਸੋਮਵਾਰ ਨੂੰ ਫਰੋਜਪੁਰ ਵਿੱਚ ਬਖ ਬਖ ਜਗਾ ਉੱਪਰ ਦੇਖਣ ਨੂੰ ਮਿਲਿਆ ਇਸ ਕਾਰਨ ਧੁੰਦ ਵਿੱਚ ਹੋਏ ਹਾਦਸੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪੁਰੋਜਪੁਰ ਫਾਜ਼ਿਲਕਾ ਜੀਟੀ ਰੋਡ ਤੇ ਇੱਕ ਹਾਦਸਾ ਵਾਪਰ ਗਿਆ। ਇਹ ਹਾਦਸਾ ਸੰਘਣੀ ਧੁੰਦ ਦੇ ਪੈਣ ਕਾਰਨ ਵਾਪਰਿਆ। ਜਿੱਥੇ ਇੱਕ ਝੂਨੇ ਨਾਲ ਭਰੇ ਟਰੈਕਟਰ ਟਰਾਲੀ ਦੇ ਅਚਾਨਕ ਪਲਟ ਜਾਣ ਕਾਰਨ ਪਿੱਛੋਂ ਆ ਰਹੀ ਟਰੈਕਟਰ ਕ੍ਰੂਜ਼ ਗੱਡੀ ਨੂੰ ਨੁਕਸਾਨੀ ਗਈ ਅਤੇ ਇੱਕ ਦੁਖਦਾਈ ਵੱਡੀ ਖਬਰ ਇਹ ਆਈ ਹੈ ਕਿ ਇਸ ਤੋਂ ਬਾਅਦ ਕਾਰ ਅਤੇ ਖੜੀ ਹੋਈ ਐਨੋਵਾ ਗੱਡੀ ਦੇ ਪਿੱਛੇ ਟਰੱਕ ਵੱਲੋਂ ਟੱਕਰ ਮਾਰ ਦਿੱਤੀ ਗਈ। ਇਸ ਕਾਰਨ ਪੰਜ ਵahan ਹਾਰਸਾ ਗ੍ਰਸਤ ਹੋ ਗਏ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਵੇਰੇ ਸਵੇਰੇ ਬੇਲੇ ਆਸਮਾਨ ਵਿੱਚ ਕਾਫੀ ਜਿਹੜੇ ਕਿ ਧੁੰਦ ਛਾਈ ਹੋਇਸ ਤੇ ਅਚਾਨਕ ਧੁੰਦ ਦੇ ਕਾਰਨ ਇਹ ਵੱਡੇ ਜਿਹੜੇ ਕਿ ਹਾਰਸੇ ਵਾਪਰ ਚੁੱਕੇ ਹਨ ਤੇ ਇਸ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ।